ना तां उस दा रूपवती सी, पर सारे उसनूं रूपा कह के बुलाउंदे सन। पर रूप उसदे किते नेड़े तेड़े भी नहीं सी। अज भी हमेशा वांग उसने शीशा वेख्या ते उसनूं बहुत गुस्सा आया। दिल कीता शीशा भगा के मारे, किहो जिहा मूंह सी उसदा, फीना जिहा नक्क, काला रंग, निक्कियां अखां। एक चीज तां रब्बा चज दी बना दिंदा, दुनिया ते खूबसूरत कुड़ियां नूं देख के उसनूं काफी गुस्सा आउंदा। उसनूं सहेलियां नाल साड़ा जिहा हो जांदा, पर इहदे विच उहनां दा की कसूर है? ਇਹ ਤਾਂ ਸਭ ਉਸ ਰੱਬ ਦੇ ਰੰਗ ਹਨ। ਪਰ ਕੀ ਰੱਬ ਕੋਲ ਉਸ ਖਾਤਰ ਹੀ ਹੁਸਨ ਮੁੱਕ ਗਿਆ ਸੀ? ਉਹ ਅਕਸਰ ਰੱਬ ਨਾਲ ਗਿਲਾ ਕਰਦਾ। ਏਦਾਂ ਹੀ ਸੋਚਾਂ ਸੋਚਦੀ ਪਤਾ ਨਹੀਂ ਉਹ ਕਿਸ ਦੁਨੀਆ ਵਿੱਚ ਚਲੀ ਗਈ। ਕੀ ਦੇਖਦੀ ਹੈ, ਕਿਹੋ ਜਿਹਾ ਨਗਰ ਹੈ, ਕਿਹੋ ਜਿਹੇ ਲੋਕ ਹਨ, ਇੱਥੇ ਸਾਰੇ ਬਿਮਾਰ ਕੁਲਾ ਰਹੇ ਹਨ। एक मंदिर है, मंदिर दे सामने लाइना बनाई, किन्ने ही लोग बैठे हैं, वो सारे ही रब नाल गिला कर रहे हैं। वो हिम्मत करके उहनां दे कोल जांदी है। की देखती है, कोई कहंदा है मेरे लत नहीं, एक लत दे भार तुर तुर के थक जांदा हाँ। कहंदा है रब्बा मैं तेरा की बिगाड़िया है, ਦੇ ਵੀ ਨਹੀਂ ਚੁੱਕੀ ਜਾਂਦੀ। ਰੂਪਾ ਆਪਣੀਆਂ ਲੱਤਾਂ ਬਾਰੇ ਸੋਚਦੀ ਹੈ, ਮੇਰੇ ਤਾਂ ਹਨ ਦੋ ਲੱਤਾਂ, ਦੋਵੇਂ ਰਿਸ਼ਟ ਪੁਸ਼ਟ ਹਨ। ਅੱਗੇ ਕੀ ਦੇਖਦੀ ਹੈ, ਹੱਥ ਮਾਰ ਮਾਰ ਕੇ ਪਤਾ ਨਹੀਂ ਕੀ ਲੱਭਦਾ ਹੈ। ਤੈਨੂੰ ਕੀ ਤਕਲੀਫ ਹੈ, ਰੂਪਾ ਨੇ ਹੌਸਲਾ ਕਰਕੇ ਪੁੱਛਿਆ। ਕੀ ਦੱਸਾਂ, ਰੱਬ ਨੇ ਦੁਨੀਆ ਤੇ ਤਾਂ ਭੇਜ ਦਿੱਤਾ, ਪਰ ਦੁਨੀਆ ਤੇ ਦੇਖਣ ਨੂੰ ਅੱਖਾਂ ਨਹੀਂ ਦਿੱਤੀਆਂ। ਸਾਰੀ ਦੁਨੀਆ ਹਨੇਰ ਕੋਠੜੀ ਹੈ, ਮਾਂ ਦੇ ਗਰਭ ਵਿੱਚ ਵੀ ਹਨੇਰਾ ਸੀ ਤੇ ਹੁਣ ਵੀ ਹਨੇਰਾ। ਕਦੇ ਬਸੰਤ ਬਹਾਰ ਨਹੀਂ ਦੇਖੀ ਕੀ ਹੁੰਦੀ ਹੈ? ਉਸ ਦੀਆਂ ਹਨੇਰੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਚੋ ਰਹੇ ਸਨ। ਰੂਪਾ ਨੇ ਸੋਚਿਆ ਕਿ ਬੇਸ਼ੱਕ ਮੈਨੂੰ ਰੱਬ ਨੇ ਅੱਖਾਂ ਛੋਟੀਆਂ ਦਿੱਤੀਆਂ ਹਨ, ਪਰ ਇਹਨਾਂ ਨਾਲ ਸੰਸਾਰ ਤਾਂ ਛੋਟਾ ਨਹੀਂ ਦਿਖਦਾ। ਮੈਂ ਸਭ ਕੁਛ ਦੇਖ ਸਕਦੀ ਹਾਂ, ਇਹ ਰੰਗ, ਇਹ ਬਹਾਰਾਂ। ਅੱਗੇ ਵਾਲਾ ਆਦਮੀ ਇਸ਼ਾਰਿਆਂ ਨਾਲ ਹੀ ਗੱਲਾਂ ਸਮਝਾ ਰਿਹਾ ਸੀ। ਢਿੱਡ ਤੇ ਦਿਲ ਤੇ ਹੱਥ ਮਾਰ ਮਾਰ ਕੇ ਜਿਵੇਂ ਕਹਿ ਰਿਹਾ ਹੋਵੇ, ਆਪਣੇ ਜਜ਼ਬਾਤ ਵੀ ਨਹੀਂ ਕਹਿ ਸਕਦਾ। ਉਸ ਦੀ ਬੇਵਸੀ ਦੇਖ ਕੇ ਰੂਪਾ ਨੇ ਮੁਸ਼ਕਲ ਨਾਲ ਆਪਣੇ ਹੰਝੂ ਰੋਕੇ ਅਤੇ ਸੋਚਿਆ, ਰੱਬ ਨੇ ਉਸਨੂੰ ਬੋਲਣ ਲਈ ਜ਼ੁਬਾਨ ਤਾਂ ਦਿੱਤੀ ਹੈ, ਉਹ ਬੋਲ ਸਕਦੀ ਹੈ, ਆਪਣੇ ਦਿਲ ਦੀ ਗੱਲ ਕਹਿ ਸਕਦੀ ਹੈ, ਸੁਰੀਲੇ ਤਰਾਨੇ ਗਾ ਸਕਦੀ ਹੈ। ਅੱਗੇ ਵਾਲੇ ਇਨਸਾਨ 'ਚੋਂ ਕਿੰਨੀ ਬੋਹ ਮਾਰਦੀ ਹੈ। ਰੂਪਾ ਆਪਣਾ ਨੱਕ ਵੱਟਦੀ ਹੈ, ਮੂੰਹ 'ਤੇ ਕੱਪੜਾ ਲਪੇਟ ਲੈਂਦੀ ਹੈ। ਸਾਰੇ ਹੀ ਮੇਰੇ ਤੋਂ ਦੂਰ ਭੱਜਦੇ ਹਨ, ਉਹ ਉਲਾਂਭਾ ਕਰਦਾ ਹੈ। ਕੋਈ ਕਰ ਵੀ ਕੀ ਸਕਦਾ ਏ, ਮੈਂ ਕੋਹੜੀ ਹਾਂ। ਸਾਰੇ ਹੀ ਜਿਸਮ 'ਚੋਂ ਬੋ ਮਾਰਦੀ ਏ, ਚਮੜੀ ਗਲੀ ਪਈ। ਉਸਨੂੰ ਕੁਝ ਵੀ ਕਹੇ ਬਗੈਰ ਰੂਪਾ ਦੂਰ ਹੋ ਗਈ। ਆਪਣੇ ਹੱਥ ਦੇਖਦੀ ਹੈ, ਪੈਰ ਦੇਖਦੀ ਹੈ। ਚਮੜੀ ਬੇਸ਼ੱਕ ਕਾਲੀ ਹੈ, ਪਰ ਤੰਦਰੁਸਤ ਤਾਂ ਹੈ, ਉਹ ਹੌਸਲਾ ਕਰਦੀ ਹੈ। ਰੂਪਾ ਦੇ ਉਲਾਂਭੇ ਦੂਰ ਹੋ ਚੁੱਕੇ ਸਨ ਤੇ ਉਹ ਸ਼ੁਕਰਾਨਾ ਕਰਨ ਲਈ ਮੰਦਿਰ 'ਚ ਵੜਦੀ ਹੈ, ਭਗਵਾਨ ਨੂੰ ਡੰਡੋਤ ਕਰਦੀ ਹੈ। ਉਸਨੂੰ ਜਾਪ ਰਿਹਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੈ ਤੇ ਉਹ ਭੱਜੀ ਜਾ ਰਹੀ ਹੈ। ਉਸਦਾ ਦੁਪੱਟਾ ਉੱਡ ਕੇ ਦੂਰ ਜਾ ਡਿੱਗਿਆ ਹੈ। ਉਸਨੂੰ ਕੋਈ ਪਰਵਾਹ ਨਹੀਂ ਹੈ, ਉਹ ਖੂਬਸੂਰਤ ਹੈ, ਬਸ ਉਸ ਕੋਲ ਤੰਦਰੁਸਤ ਸਰੀਰ ਹੈ। ਉਹ ਰੱਬ ਦਾ ਸ਼ੁਕਰਾਨਾ ਕਰਦੀ ਹੈ ਤੇ ਬੱਦਲਾਂ ਵਾਂਗੂ ਬਸ ਉੱਡੀ ਹੀ ਉੱਡੀ ਹੀ ਉੱਡੀ ਹੀ ਜਾ ਰਹੀ ਹੈ।